ਕੁਸ਼ੀਆਕ ਸਥਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ USA ਅਤੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ June 1984 ਵਿੱਚ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਨੂੰ ਸਜ਼ਾ ਦੇ ਕੇ ਇਨਸਾਫ ਕੀਤਾ ਸੀ। ਇਹਨਾਂ ਦੋਵਾਂ ਸਿੰਘਾਂ ਨੂੰ 10 ਅਕਤੂਬਰ 1992 ਵਾਲੇ ਦਿਨ ਭਾਰਤ ਸਰਕਾਰ ਨੇ ਪੂਨੇ ਜ਼ੇਲ੍ਹ ਵਿੱਚ ਫਾਂਸੀ ਦੇ ਦਿੱਤੀ ਸੀ। ਸ਼ਹੀਦਾਂ ਨੂੰ ਯਾਦ ਕਰਨ ਲਈ ਵੱਡੀ ਗਿਣਤੀ 'ਚ ਸੰਗਤਾਂ ਇਕੱਤਰ ਹੋਈਆਂ ਅਤੇ ਬੁਲਾਰਿਆਂ ਨੇ ਸ਼ਹੀਦਾਂ ਦੀ ਯਾਦ ਵਿੱਚ ਵਿਚਾਰਾਂ ਦੀ ਸਾਂਝ ਪਾਈ। ਅੱਜ ਸੁੱਖੇ ਜਿੰਦੇ ਦਾ ਸ਼ਹੀਦੀ ਦਿਹਾੜਾ ਸਿੱਖ ਕਲਚਰ ਸੁਸਾਇਟੀ ਵਿੱਚ ਬੜੀ ਚੜ੍ਹਦੀ ਕਲਾ ਵਿੱਚ ਮਨਾ ਰਹੇ ਹਾਂ। ਜਿਸ ਨੇ ਵੈਦਿਆ ਨੂੰ ਸੋਧਿਆ, ਜੋ ਜਰਨਲ ਸੀਗਾ, ਜਿਸ ਨੇ ਹੁਕਮ ਦਿੱਤੇ ਸੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ, ਅੱਜ ਅਸੀਂ ਉਹ ਸਿੰਘਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਸਿੰਘਾਂ ਨੇ ਸਾਡੀ ਅੱਜ ਪੱਗ ਜੋ ਲਹੀ ਸੀਗੀ ਉਹ ਸਾਡੇ ਸਿਰ 'ਤੇ ਰੱਖੀ ਹੈ। ਅੱਜ ਸੰਗਤਾਂ ਬੜੀ ਚੜ੍ਹਦੀ ਕਲਾ ਵਿੱਚ ਹੁੰਭ ਪਾ ਕੇ ਪੁੱਜ ਰਹੀਆਂ ਹਨ। ਅੱਜ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਸ਼ਹੀਦ ਭਾਈ ਸੁਖਜਿੰਦਰ ਸਿੰਘ ਸੁੱਖਾ, ਹਰਜਿੰਦਰ ਸਿੰਘ ਜਿੰਦੇ ਹੋਰਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਜਿਨ੍ਹਾਂ ਨੇ October 9, 1992 ਨੂੰ ਫਾਂਸੀ ਦੇ ਰੱਸੇ ਜਿਹੜੇ ਆ ਉਹ ਚੁੰਮੇ ਸੀ ਆਪਣੀ ਸ਼ਹਾਦਤ ਦੇ ਲਈ। ਸੋ ਇਹ ਸਾਡੇ ਉਸ ਸਮੇਂ ਦੇ ਨੌਜਵਾਨ ਆ, ਜਿਸ ਵੇਲੇ ਨੌਜਵਾਨ ਆਪਣੇ ਕੈਰੀਅਰ ਦੇ ਬਾਰੇ ਸੋਚਦੇ ਆ, ਆਪਣੇ ਭਵਿੱਖ ਦੇ ਬਾਰੇ ਸੋਚਦੇ ਆ, ਆਪਣੇ ਪਰਿਵਾਰ ਦੇ ਬਾਰੇ ਸੋਚਦੇ ਆ, ਪਰ ਇਹਨਾਂ ਨੌਜਵਾਨਾਂ ਨੇ ਸਿੱਖ ਕੌਮ ਦੀ ਆਣ ਬਾਣ ਛਾਣ ਦੇ ਲਈ, ਸਿੱਖਾਂ ਦੀ ਡਿੱਗੀ ਹੋਈ ਦਸਤਾਰ ਦੇ ਬਾਰੇ ਸੋਚਿਆ ਔਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਇਹ ਸ਼ਹਾਦਤਾਂ ਜਿਹੜੀਆਂ ਇਹ ਪਾ ਗਏ। ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਈ ਸਵੇਕ ਸਿੰਘ, ਭਾਈ ਅਮਰੀਕ ਸਿੰਘ ਅਤੇ ਉਹਨਾਂ ਦੇ ਹਰੇਕ ਹੋਰ ਅਨੇਕ ਸਿੰਘਾਂ ਨੂੰ ਸ਼ਹੀਦ ਕੀਤਾ, ਛੋਟੇ ਛੋਟੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਤਾਂ ਉਸ ਸਮੇਂ ਤੋਂ ਬਾਅਦ ਕੌਮ ਦੇ ਇਹ ਯੋਧੇ ਜਿਨ੍ਹਾਂ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੋਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇਹਨਾਂ ਨੇ ਆਪਣੀਆਂ ਜਵਾਨੀਆਂ ਧਰਮ ਦੀ ਖਾਤਰ ਉਹਨਾਂ ਦੁਸ਼ਟਾਂ ਨੇ ਜਿਨ੍ਹਾਂ ਨੇ ਅਕਾਲ ਤਖ਼ਤ 'ਤੇ ਫੌਜਾਂ ਚਾੜੀਆਂ ਸੀ, ਚਾਹੇ ਉਹ ਜਰਨਲ ਵੈਦਿਆ ਹੋਵੇ ਜਾਂ ਹੋਰ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਨੂੰ ਸ਼ਹੀਦ ਕੀਤਾ ਸੀ, ਭਰਾਵਾਂ ਦੇ ਗਲਾਂ ਵਿੱਚ ਟਾਇਰ ਭਰ ਕੇ ਸ਼ਹੀਦ ਕੀਤਾ ਸੀ, ਉਹਨਾਂ ਦਾ ਬਦਲਾ ਲੈਣ ਲਈ ਤੁਰੇ ਸਨ। ਸੋ ਉਹਨਾਂ ਯੋਧਿਆਂ ਨੇ ਜਦੋਂ ਪੂਨੇ ਦੀ ਧਰਤੀ 'ਤੇ ਇਹਨਾਂ ਵੈਦਿਆ ਨੂੰ ਗੱਡੀ ਚੜਾਇਆ, ਉਸ ਤੋਂ ਬਾਅਦ ਜਦੋਂ ਉਹ ਦੋਵੇਂ ਵੀਰ ਫੜੇ ਗਏ ਤਾਂ ਪੂਨਾ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਉਹਨਾਂ ਨੇ ਹੱਸ ਹੱਸ ਕੇ ਚੁੰਮ ਚੁੰਮ ਕੇ ਉਹ ਫਾਂਸੀ ਦੇ ਫੰਦੇ ਗਲ ਵਿੱਚ ਪਾਏ। ਇੱਕ ਮਹਾਂਕੌਮ ਦੇ ਮਹਾਨ ਸ਼ਹੀਦ ਸੀ ਜਿਨ੍ਹਾਂ ਨੂੰ ਖਾਲਸਾ ਜੀ ਆਪਣੀ ਜੀਵਨ ਦੇ ਵਿੱਚ, ਜਿਨ੍ਹਾਂ ਨੂੰ ਪਤਾ ਹੀ ਸਾਨੂੰ ਫਾਂਸੀ ਹੋ ਗਈ ਆ, ਉਸ ਖੁਸ਼ੀ ਦੇ ਵਿੱਚ ਉਹਨਾਂ ਨੇ ਲੱਡੂ ਵੰਡੇ। ਸੁੱਖਾ ਵੀਰ ਅਤੇ ਜਿੰਦੇ ਵੀਰ ਦਾ ਜਿਹੜਾ ਸ਼ਹੀਦੀ ਦਿਹਾੜਾ ਵਾ ਉਹ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਵਾ, ਕਿਉਂਕਿ ਇਹਨਾਂ ਵੀਰਾਂ ਨੇ ਅਮਰੀਕਾ ਦੀ ਧਰਤੀ ਤੋਂ ਜਾ ਕੇ ਉਹ ਕੁਰਬਾਨੀ ਦਿੱਤੀ ਆ ਜੋ ਸਿੱਖ ਪੰਥ ਆਉਣ ਵਾਲੇ ਸਦੀਆਂ ਦੇ ਵਿੱਚ ਕਦੀ ਵੀ ਭੁੱਲ ਨਹੀਂ ਸਕਦਾ। ਜਿਨ੍ਹਾਂ ਨੇ ਅਕਾਲ ਤਖ਼ਤ ਦੀ, ਜਿਹੜਾ ਦੋਸ਼ੀਆਂ ਨੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਭੰਗ ਕੀਤਾ ਸੀ, ਜਨਰਲ ਵਿਦਿਆ ਵਰਗਿਆਂ ਨੇ ਉਹਨਾਂ ਨੇ ਹੁਕਮ ਦਿੱਤੇ ਸਨ, ਪਰ ਇਹਨਾਂ ਸਿੰਘਾਂ ਨੇ ਉਹਦੀ ਜਿਹੜੀ ਭਾਜੀ ਆ ਉਹ ਵਾਪਸ ਮੋੜੀ ਆ। ਸਿੱਖ ਕੌਮ ਸ਼ਹੀਦ ਯੋਧਿਆਂ ਦੇ ਉੱਤੇ ਬਹੁਤ ਫਖਰ ਮਹਿਸੂਸ ਕਰਦੀ ਆ। ਅੱਜ ਗੁਰਦੁਆਰਾ ਸੈਕਟਰੀ ਦੇ ਚੇਚੇ ਤੌਰ 'ਤੇ TV 84 ਚੈਨਲ ਵੱਲੋਂ
ਇਹ ਜਿਹੜਾ ਸਾਰੀ ਜਿਹੜੀ ਕਵਰੇਜ ਕੀਤੀ ਜਾ ਰਹੀ ਆ ਅਸੀਂ ਉਹਨਾਂ ਵੀਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜੀ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਡਈ ਆ ਉਹਨਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਬਾਰੇ ਜਾਣੂ ਕਰਵਾ ਰਹੇ ਹਾਂ। ਮੈਂ ਸਮਝਦਾ ਕਿ ਇਹ ਬਹੁਤ ਵਧੀਆ ਉਪਰਾਲਾ ਵਾ। ਸੁਖਦੇਵ ਸਿੰਘ ਜੀ ਸੁੱਖਾ 1962 ਦੇ ਵਿੱਚ ਜਨਮੇ ਸੀ, ਰਾਜਸਥਾਨ ਦੇ ਵਿੱਚ। ਹਰਜਿੰਦਰ ਸਿੰਘ ਜੀ ਦਾ ਜਨਮ ਜਿਹੜਾ ਵਾ 1962 'ਚ ਹੋਇਆ, ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ। ਪੰਜਾਬ ਅਤੇ ਰਾਜਸਥਾਨ ਦਾ ਮੇਲ ਹੋਇਆ, ਪੜ੍ਹਾਈ ਚੱਲਦੀ ਸੀ, ਪੜ੍ਹਾਈ ਵਿੱਚ ਹੀ ਛੱਡ ਕੇ ਇੱਕ 31 ਸਾਲ ਦਾ ਸਿੱਖ ਨੌਜਵਾਨ ਅਤੇ ਇੱਕ 30 ਸਾਲ ਦਾ ਆਪਣੀ ਪੜ੍ਹਾਈ ਵਿੱਚ ਛੱਡ ਕੇ, ਡਿਗਰੀਆਂ ਅੱਧ ਛੱਡ ਕੇ 1984 ਦੇ ਹੋਏ ਧੱਕੇ ਦਾ ਬਦਲਾ ਲੈਣ ਵਾਸਤੇ ਤਿਆਰੀਆਂ ਖਿੱਚ ਲੀਆਂ। ਦਿੱਲੀ ਬੰਬੇ ਤੋਂ ਹੁੰਦੇ ਹੋਏ ਅਖੀਰ 'ਤੇ ਜਦੋਂ ਪੂਨੇ ਗਏ ਨੇ, ਨਿਸ਼ਾਨਾ ਉਹਨਾਂ ਦਾ ਇੱਕੋ ਸੀ। ਉਹਨਾਂ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਇੱਕੋ ਸੋਚ ਸੀ ਕਿ ਜਨਰਲ ਵੈਦਿਆਂ ਨੂੰ ਮਾਰਨਾ। ਕਿੱਦਾਂ ਮਾਰਨਾ, ਇਹ ਉਹਨਾਂ ਦਾ ਮੇਨ ਮੁੱਦਾ ਸੀ, ਮਕਸਦ ਸੀ। ਇੱਕੋ ਹੀ ਗੱਲ ਜਿਹੜੀ ਉਹਨਾਂ ਦੇ ਮਨ 'ਚ ਬੈਠੀ ਸੀ, ਉਹਨਾਂ ਨੂੰ ਕੁਛ ਹੋਰ ਨਹੀਂ ਸੀ ਦਿੱਤਾ। 10 ਅਗਸਤ 1986 ਨੂੰ ਜਦੋਂ ਫਾਈਨਲ ਦਿਨ ਆਉਂਦਾ ਵਾ ਜਨਰਲ ਵੈਦਿਆਂ ਨੂੰ ਸੋਧਣ ਦਾ, ਪਹਿਲਾਂ ਉਹ ਕਾਰ ਦੇ ਵਿੱਚ ਵੀ ਲੈ ਕੇ ਉਹਦੀ ਤਲਾਸ਼ ਕਰਦੇ ਰਹੇ, ਫਿਰ ਅਖੀਰ 'ਤੇ ਉਹਨਾਂ ਨੂੰ, ਪੜ੍ਹੇ ਲਿਖੇ ਨੌਜਵਾਨ ਸੀ, ਉਹਨਾਂ ਮੋਟਰਸਾਈਕਲ 'ਤੇ ਜਦੋਂ ਅਖੀਰ 'ਤੇ ਜਦੋਂ ਉਹਨਾਂ ਦਾ ਫਾਈਨਲ ਟਾਰਗੇਟ ਜਦੋਂ ਪਤਾ ਸੀ ਪੂਰਾ ਹੋਣ ਲੱਗਾ, ਉਹਨਾਂ ਫਿਰ ਉਹਨੂੰ ਉੱਥੇ ਸੋਧਿਆ। ਲੰਮਾ ਕੇਸ ਚੱਲਿਆ, 9 ਅਕਤੂਬਰ 1992 ਨੂੰ ਉਹ ਸਾਡੇ ਸੂਰਬੀਰ ਯੋਧੇ ਜਿਨ੍ਹਾਂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ, ਜਿਹੜੇ ਸ਼ਹੀਦਾਂ ਨੇ ਧੰਨ ਧੰਨ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅਤੇ 37 ਹੋਰ ਗੁਰਧਾਮਾਂ ਦੇ ਉੱਤੇ ਹਮਲਾ ਹੋਏ, ਭਾਰਤੀ ਫੌਜ ਦੇ ਉਸ ਮੁਖੀ ਨੂੰ ਜਨਰਲ ਵੈਦਿਆਂ ਦਾ ਸੋਧਾ ਲਾਇਆ ਅਤੇ ਦਿੱਲੀ ਜਿਹੜੀ ਸਿੱਖ ਨਸਲਕਸ਼ੀ ਹੈ ਉਹਦੇ ਦੋਸ਼ੀਆਂ ਨੂੰ ਸਜ਼ਾ ਜਾਫਤਾ ਕੀਤਾ ਅਤੇ ਉਹਨਾਂ ਦੀ ਯਾਦ ਵਿੱਚ ਅੱਜ ਇੱਥੇ ਸਮਾਗਮ ਕੀਤਾ ਜਾ ਰਿਹਾ। ਬਹੁਤ ਭਾਰੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਹੈ ਅਤੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ 3 ਦਿਨਾਂ 'ਚੋਂ ਸ਼ਹੀਦਾਂ ਦੀ ਯਾਦ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਖਾਲਿਸਤਾਨ ਦੇ ਫਲੈਗ ਵੀ ਲਗਾਏ ਗਏ ਨੇ। ਹਰ ਇੱਕ ਪਾਸੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੀ ਫਿਜ਼ਾ ਦੇ ਅੰਦਰ ਐਂਟਰ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਅੱਜ ਕੋਈ ਮਹਾਨ ਪ੍ਰੋਗਰਾਮ ਹੈ ਅਤੇ ਇਹ ਜਿਹੜੇ ਫਲੈਗ ਬਾਹਰ ਲੱਗੇ ਕੇਸਰੀ ਨਿਸ਼ਾਨ ਸਾਹਿਬ ਖਾਲਿਸਤਾਨ ਦੇ ਇੱਕ ਕੌਮ ਦੀ ਉਸ ਵਿਲੱਖਣ ਸੋਚ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ, ਕੌਮੀ ਘਰ ਖਾਲਿਸਤਾਨ ਦੀ ਗੱਲ ਕਰਦੇ ਨੇ, ਜਿਨ੍ਹਾਂ ਲਈ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਨੇ ਆਖਰੀ ਸਾਹਾਂ 'ਤੇ ਫਾਂਸੀ 'ਤੇ ਚੜ੍ਹਨ ਲੱਗਿਆਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਸੀ। ਉਹ ਜਿੰਦਾਬਾਦ ਦੇ ਨਾਅਰਿਆਂ ਨੂੰ ਅਸੀਂ ਵੱਖੋ ਵੱਖਰੀਆਂ ਜਥੋਬੰਦੀਆਂ ਆਪੋ ਆਪਣੇ ਤਰੀਕੇ ਦੇ ਨਾਲ, ਪ੍ਰਚੰਡ ਸੋਚ ਦੇ ਨਾਲ, ਬਹੁਤ ਭਾਰੀ ਆਵਾਜ਼ ਦੇ ਨਾਲ, ਉੱਚੀ ਆਵਾਜ਼ ਦੇ ਨਾਲ ਗਜਾਉਂਦੇ ਹਾਂ ਅਤੇ ਭਾਰਤੀ ਹਕੂਮਤ ਨੂੰ ਇਹ ਦੱਸਣਾ ਚਾਹੁੰਦੇ ਹਾਂ, ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਾਂਗੇ। ਉਹਨਾਂ ਦਾ ਡੁੱਲੇ ਖੂਨ ਦਾ ਕਰਜ਼ਾ ਸਾਡੇ ਸਿਰ 'ਤੇ ਹੈ। ਜਿੰਨਾ ਚਿਰ ਅਸੀਂ ਖਾਲਿਸਤਾਨ ਆਜ਼ਾਦ ਨਹੀਂ ਕਰਵਾ ਲੈਂਦੇ, ਉਨਾ ਚਿਰ ਸਿੱਖ ਕੌਮ ਕਦੇ ਚੈਨ ਦੇ ਨਾਲ ਨਹੀਂ ਬਹਿ ਸਕਦੀ। ਵੱਡੇ ਵੱਡੇ ਨਾਂ ਜਿਹੜੇ ਭਾਰਤੀ ਹਕੂਮਤ ਵੱਲੋਂ ਅੱਗੇ ਲਾਏ ਗਏ ਸਨ, ਜਿਨ੍ਹਾਂ ਦੇ ਵਿੱਚ ਇੱਕ ਜਨਰਲ ਵੈਦਿਆ ਸੀ, ਉਹਦਾ ਜਿਹੜਾ ਸੋਧਾ ਲਾਇਆ, ਜਿਹੜੀ ਖਾਲਸਾਈ ਪਰੰਪਰਾਵਾਂ ਰਹੀਆਂ ਆ ਉਹਨਾਂ ਮੁਤਾਬਕ ਉਸ ਪਾਪੀ ਨੂੰ ਸਜ਼ਾ ਦਿੱਤੀ। ਸਿੱਖ ਕੌਮ ਦੇ ਉੱਤੇ ਕੋਈ ਵੀ ਚੜ੍ਹ ਕੇ ਆਇਆ ਜਾਂ ਸਾਡੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦਾ ਇਤਿਹਾਸ ਆ ਅਤੇ ਉਹ ਜ਼ਿਆਦਾ ਸਮਾਂ ਨਹੀਂ ਜੀ ਸਕਿਆ। ਸੋ ਇਹਨਾਂ ਯੋਧਿਆਂ ਨੇ ਉਹਨੂੰ ਉਹਦੇ ਕੀਤੇ ਦੀ ਸਜ਼ਾ ਦਿੱਤੀ ਔਰ ਸਾਡੇ ਮੁੱਠੀ ਭਰ ਸਿੰਘਾਂ ਨੇ ਉਹਨਾਂ 7-8 ਕੰਟਰੀਆਂ ਦੀ ਇੰਟੈਲੀਜੈਂਸੀ ਹੋਵੇ ਭਾਵੇਂ ਭਾਰਤੀ ਹਕੂਮਤ ਹੋਵੇ, ਉਹਨਾਂ ਮੁੱਠੀ ਭਰ ਸਿੰਘਾਂ ਨੇ ਲੋਹੇ ਦੇ ਚਣੇ ਚਵਾ ਦਿੱਤੇ ਉਹਨਾਂ ਹਕੂਮਤਾਂ ਨੂੰ ਅਤੇ ਭਾਰਤੀ ਹਕੂਮਤ ਨੂੰ। ਅਗਰ ਤੁਸੀਂ ਹਿਸਟਰੀ ਪੜ੍ਹਦੇ ਹੋ ਆਪਣੇ ਬੱਚਿਆਂ ਨੂੰ ਦੱਸੋ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਕਿੰਨੇ ਦਿਨਾਂ ਦੀ ਮਿਹਨਤ ਮੁਸ਼ੱਕਤ ਦੇ ਨਾਲ ਉਹਨਾਂ ਨੇ ਪਲੈਨਿੰਗ ਕਰਕੇ ਉਸ ਜਨਰਲ ਵੈਦਿਆ ਦਾ ਸੋਧਾ ਲਾਇਆ।
ये साढ़े रियल हीरो हैं। जे असी उन्हां दा इतिहास पढ़ते हाँ तो लोड़ आ असी अपने बच्चों इन्हां कंट्रियां दे विच जीवन बतीत कर रहे हो। अज का युग हथियार का युग नहीं आ, कलम की लड़ाई आ। तुसी अपने बच्चों इन्ने क काबल बना दो, कोई आर एस एस का बीजेपी का या भारतीय हुकूमत का कोई बकाऊ बंदा भावें वो तुहाडे चेहरे दस्तारा सजा के क्यों ना फिरता होवे तुहाडे विच, उहनू टेबल टाक दे विच हरा सके, उहनू ये रीलाइज करा सकीए कि तू गलत पासे खड़ा होया।